ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਪੁੱਤ 8th ਕਲਾਸ ਲਈ ਜੋ ਤੁਹਾਡਾ ਇੰਗਲਿਸ਼ ਦਾ ਨਵੰਬਰ-ਦਸੰਬਰ ਬਾਇਓ ਮੰਥਲੀ ਟੈਸਟ ਹੋਏਗਾ ਉਸ ਦੇ ਲਈ ਇੱਕ ਆਪਾਂ ਸਿੰਪਲ ਪ੍ਰੋਟਾਈਪ ਜਿਹਾ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਠੀਕ ਹੈ ਇਹ 20 ਨੰਬਰਾਂ ਦਾ ਹੋਏਗਾ ਤੁਹਾਨੂੰ ਪੇਪਰ ਹੱਲ ਕਰਨ ਦੇ ਲਈ 35 ਤੋਂ 40 ਮਿੰਟ ਦਿੱਤੇ ਜਾਣਗੇ ਮਤਲਬ ਇੱਕ ਪੀਰੀਅਡ ਦਿੱਤਾ ਜਾਏਗਾ ਤਾਂ ਆਪਾਂ ਦੇਖਦੇ ਹਾਂਗੇ ਉਮੀਦ ਹੈ ਵੀ ਜਿਹੜਾ ਪੇਪਰ ਹੈਗਾ ਇਸ ਤਰੀਕੇ ਦਾ ਹੋਏਗਾ ਤੇ ਇਸੇ ਪੈਟਰਨ ਦੇ ਵਿੱਚ ਹੋਏਗਾ ਰਾਈਟ ਦਾ मीनिंग ਆਫ ਦਾ ਫੋਲੋਇੰਗ ਵਰਡਸ ਐਨੀ ਟੂ ਹਾਂਜੀ ਇਹ ਆਪਣੇ ਕੋਲ ਚਾਰ ਵਰਡਸ ਨੇ ਇਹਨਾਂ ਦੇ ਆਪਾਂ मीनिंग ਦੱਸਣੇ ਨੇ ਸ਼ਬਦ ਦੱਸਣਾ ਕੰਪੈਨੀਅਨ ਕੀ ਹੁੰਦਾ ਪੁੱਤ ਸਾਥੀ ਠੀਕ ਹੈ ਹਾਂਜੀ ਟਵਿਸਟਡ ਮਰੋੜਿਆ ਹੋਇਆ ਟਵਿਸਟ ਨੂੰ ਮਰੋੜਨਾ ਟਵਿਸਟ ਨੂੰ ਹੁੰਦਾ ਹੈਗਾ ਮਰੋੜਿਆ ਹੋਇਆ ਸੈਂਸ ਕੀ ਹੈ ਬੁੱਤ ਇੱਕ ਵਿਦੇਸ਼ੀ ਮੁਦਰਾ ਹੈਗੀ ਕੌਨਫੀਡੈਂਸ ਕੀ ਹੈਗਾ ਵੀ ਪਰੋਸਾ ਹਾਂਜੀ ਇਸ ਤੋਂ ਬਾਅਦ ਦੇਖੋ ਅਨਸਰ ਦਾ ਫੋਲੋਇੰਗ ਕੁਐਸਚਨਸ ਦਾ ਇਹ ਤੁਸੀਂ ਬੁੱਕ ਦੇ ਵਿੱਚੋਂ ਦੇਖ ਕੇ ਕਰ ਲਿਓ ਜਿਵੇਂ ਤੁਹਾਡੇ ਦੇ ਪਕਸਵਾਨ ਨੇ ਤੁਹਾਨੂੰ ਸ਼ਾਰਟ ਕਰਾ ਕੇ ਲਿਖਾਏ ਹੋਣੇ ਹੈਗੇ ਜਿਵੇਂ ਸੈਕੰਡ ਬਿਲਕੁਲ ਸੌਖਾ ਸੀ ਵਟ ਵਾਸ ਦਾ ਓਨਰ ਚਾਰਜਿੰਗ ਫੋਰ ਦਾ ਹੈਲਥੀ ਪਪੀਜ਼ ਹਾਂਜੀ ਡਾਲਰ 32 50 ਠੀਕ ਜਿਵੇਂ ਦੇਖੋ ਥਰਡ ਵੀ ਈਜ਼ੀ ਹੈ ਵਾਟ ਡਿਡ ਸੀਮਾ ਐਂਡ ਬਵਿਆ ਡਿਸਾਈਡ ਉਹ ਦੋਨੋਂ ਕੀ ਡਿਸਾਈਡ ਕਰਦੇ ਨੇ ਕਾਰ ਨੂੰ ਡਰਾਈਵ ਕਰਨ ਦਾ ਦੇ ਡਿਸਾਈਡ ਟੂ ਟੇਕ ਦਾ ਕਾਰ ਆਫ ਸੀਮਾਸ ਮਦਰ ਸਟੇਲਿਥਲੀ ਆਊਟ ਆਫ ਦਾ ਆਊਟ ਔਨ ਦਾ ਰੋਡ ਟੂ ਡਰਾਈਵ ਇੱਕ ਵਾਰ ਚੈੱਕ ਕਰ ਲਿਓ ਤੁਸੀਂ ਆਪਣੀ ਨੋਟਬੁੱਕ ਦੇ ਵਿੱਚੋਂ ਜਿਵੇਂ ਵੀ ਤੁਹਾਡੇ ਅਧਿਆਪਕ ਸਵਾਨ ਨੇ ਲਿਖਾਇਆ ਹੈਗਾ ਉਸ ਤਰੀਕੇ ਨਾਲ ਯਾਦ ਕਰ ਲਿਓ ਰਾਈਟ ਦਾ मीनिंग ਆਫ ਫਰੇਜ਼ਰ ਬਰਫ ਹਾਂਜੀ ਬੇਟਾ ਲੁੱਕ ਡਾਊਨ ਲੁੱਕ ਡਾਊਨ ਦਾ ਮਤਲਬ ਕੀ ਹੁੰਦਾ ਕਾ ਵੀ ਨੀਮਾ ਦੇਖਣਾ नीवा, देखना मेक वे रस्ता बनाओ रिस्ता बनाओ ट्र, ट्रांसलेट द फॉलोइंग हाँ जी माई फ्रेंड हैल्प्ड मी मेरे दोस्त ने मेरी मदद की ठीक है टेंस टेन सब मेरे दोस्त ने मेरी मदद की ਦੋਸਤ ਨੇ ਮੇਰੀ ਮਦਦ ਕੀਤੀ ਠੀਕ ਹੈ ਤੁਸੀਂ ਕਿੱਥੇ ਜਾ ਰਹੇ ਹੋ ਹਾਂਜੀ ਵੇਅਰ ਆਰ ਯੂ ਗੋਇੰਗ ਜਾ ਰਹੇ ਹੋ ਹਾਂਜੀ ਬੇਟਾ ਇਸ ਤੋਂ ਬਾਅਦ ਹੈ ਮੇਰੇ ਕੋਲ ਵੀ ਰਾਈਟ ਦ ਸਿਨੋਨੀਮ ਆਫ ਦ ਫੋਲੋਇੰਗ ਵਰਡਸ ਲਾਰਜ ਹਾਂਜੀ ਲਾਰਜ ਦਾ ਬਿਗ ठीक है ह्यूज भी आ सकता है इस तुम तो मोमेंट का भी शॉर्ट टाइम ठीक राइट अंटोनीयम ऑफ द फॉलोइंग वर्ड्स डेड ठीक अंटोनीयम बंद विरोधी शब्द तो डेड का क्या आ जाएगा पुत्र अलाइव क्वेश्चन देगा आंसर ठीक ਰੀਰਾਈਟ ਇਨ ਪਾਸਟ ਟੈਂਸ ਹਾਂਜੀ ਜੋਤੀ ਇਜ਼ ਈਟਿੰਗ ਔਰੇਂਜਸ ਪਾਸਟ ਦੇ ਵਿੱਚ ਕੀ ਹੋ ਜਾਏਗਾ ਆਪਾਂ ਸੈਕੰਡ ਫਾਰਮ ਲਗਾ ਦਾਂਗੇ ਹੈ ਨਾ ਇਸ ਦੀ ਜਗ੍ਹਾ ਤੇ ਆਵਾਜ਼ ਵੀ ਨਹੀਂ ਨਹੀਂ ਆਵਾਜ਼ ਲਗਾ ਦਾਂਗੇ ਸੌਰੀ ਠੀਕ ਹੈ ਇਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆ ਇਹਨੂੰ ਆਪਾਂ ਪਾਸਟ ਕੰਟੀਨਿਊਸ ਦੇ ਵਿੱਚ ਚੇਂਜ ਕਰਨਾਗਾ ਤੇ ਆਪਣੇ ਕੋਲ ਬਣ ਜਾਏਗਾ ਜੋਤੀ ਇਸ ਦੀ ਜਗ੍ਹਾ ਤੇ ਲੱਗ ਜਾਏਗਾ ਆਵਾਜ਼ ਬਾਕੀ ਸਾਰਾ ਸੇਮ ਰਹਿ ਜਾਏਗਾ ਈਟਿੰਗ ਔਰੇਂਜਸ ਠੀਕ ਹਾਂਜੀ ਬੇਟਾ ਇਸ ਤੋਂ ਬਾਅਦ ਬੀ ਨਿਊਜ਼ਪੇਪਰ ਹੈਡਲਾਈਨ ਐਕਸਪਲੇਨ ਕਰਨੀ ਪੀਐਮ ਲੀव्स ਫॉर ਮਾਸਕੋ ਤਾਂ ਪਾ ਲਿਖਾਂਗੇ ਪ੍ਰਾਈਮ ਮਨਿਸਟਰ ਹੈਜ਼ ਲਿਫਟ ਫॉर ਮਾਸਕੋ ਪ੍ਰਾਈਮ ਮਨਿਸਟਰ ਹੈਜ਼ ਲਿਫਟ ਫॉर ਮਾਸਕੋ ਇਸ ਤੋਂ ਬਾਅਦ ਬੇਟਾ ਇੱਕ ਸਟੋਰੀ ਹੈ ਵੀ ਦਾ ਮਨੀ ਲੈਂਡਰ ਐਂਡ ਹਿਸ ਪਰਸ ਜ ਜ ਤੁਸੀਂ ਇੱਕ ਪੈਰਾਗ੍ਰਾਫ ਕਰ ਸਕਦੇ ਹੋ ਇਨ ਐਨ ਐਕਸੀਡੈਂਟ ਐਂਡ ਐਕਸੀਡੈਂਟ ਇਹ ਤੁਸੀਂ ਆਪਣੀ ਬੁੱਕ ਦੇ ਵਿੱਚ ਕਰ ਲਿਓ ਅਕਤੂਬਰ ਤੇ ਨਵੰਬਰ ਜਿਹੜਾ ਮੰਥ ਹੈ ਬੇਟਾ ਇਹਦਾ ਤੁਹਾਨੂੰ ਸਿਲੇਬਸ ਆਏਗਾ ਵੀ ਇਸ ਟੈਸਟ ਦੇ ਵਿੱਚ ਠੀਕ ਹੈ ਇਸ ਲਈ ਸਾਰੇ ਜਿਹੜੇ ਵਿਦਿਆਰਥੀ ਹੈ ਅਕਤੂਬਰ ਤੇ ਨਵੰਬਰ ਦਾ ਜਿਹੜਾ ਸਿਲੇਬਸ ਹੈਗਾ ਉਸ ਨੂੰ ਯਾਦ ਕਰਨਾ ਕਿਉਂਕਿ ਇਹ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਵੀ ਇਹ ਇੱਕ ਸੈਂਪਲ ਪੇਪਰ ਹੈ ਜਿੰਨਾ ਮੰਨ ਲੀਂਗਾ ਚਲੋ ਵੀ ਤੁਹਾਨੂੰ ਇਹੀ ਆਏਗਾ ਠੀਕ ਹੈ ਹਾਂ ਇਹਦੇ ਵਰਗਾ ਪੈਟਰਨ ਹੋਏਗਾ ਤੁਹਾਡੇ ਪੇਪਰ ਦਾ ਪਰ ਯਾਦ ਆਪਾਂ ਸਾਰਾ ਸਿਲੇਬਸ ਕਰਨਾ ਪੁੱਤ ਠੀਕ ਹੈ ਤੇ ਸਾਰੇ ਵਿਦਿਆਰਥੀ ਵਧੀਆ ਤਿਆਰੀ ਕਰੋ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੀਏ ਠੀਕ ਹੈ ਬੇਟਾ ওকে ਥੈਂਕ ਯੂ ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਪੁੱਤਾਂ 8th ਕਲਾਸ ਲਈ ਜੋ ਤੁਹਾਡਾ ਇੰਗਲਿਸ਼ ਦਾ ਨਵੰਬਰ-ਦਸੰਬਰ ਬਾਇਮੰਥਲੀ ਟੈਸਟ ਹੋਏਗਾ ਉਸ ਦੇ ਲਈ ਇੱਕ ਆਪਾਂ ਸਿੰਪਲ ਮੋਕ ਟਾਈਪ ਦਾ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਠੀਕ ਹੈ ਇਹ 20 ਨੰਬਰਾਂ ਦਾ ਹੋਏਗਾ ਤਾਂ ਤੁਹਾਨੂੰ ਪੇਪਰ ਹੱਲ ਕਰਨ ਦੇ ਲਈ 35 ਤੋਂ 40 ਮਿੰਟ ਦਿੱਤੇ ਜਾਣਗੇ ਮਤਲਬ ਇੱਕ ਪੀਰੀਅਡ ਦਿੱਤਾ ਜਾਏਗਾ ਤਾਂ ਆਪਾਂ ਦੇਖਦੇ ਹਾਂਗੇ ਉਮੀਦ ਹੈ ਵੀ ਜਿਹੜਾ ਪੇਪਰ ਹੈਗਾ ਇਸ ਤਰੀਕੇ ਦਾ ਹੋਏਗਾ ਤੇ ਇਸੇ ਪੈਟਰਨ ਦੇ ਵਿੱਚ ਹੋਏਗਾ ਰਾਈਟ ਦਾ ਮੀਨਿੰਗ ਆਫ ਦਾ ਫੋਲੋਇੰਗ ਵਰਡਸ ਐਨੀ 2 ਹਾਂਜੀ ਇਹ ਆਪਣੇ ਕੋਲ ਚਾਰ ਵਰਡਸ ਨੇ ਇਹਨਾਂ ਦੇ ਆਪਾਂ ਮੀਨਿੰਗ ਦੱਸਣੇ ਨੇ ਸ਼ਬਦ ਦੱਸਣ ਕੰਪੈਨੀਅਨ ਕੀ ਹੁੰਦਾ ਬੁੱਤ ਸਾਥੀ ਠੀਕ ਹੈ ਹਾਂਜੀ ਟਵਿਸਟਡ ਮਰੋੜਿਆ ਹੋਇਆ ਟਵਿਸਟ ਨੰਮ ਰੋਡ ਨਾ ਟਵਿਸਟਰ ਹੁੰਦਾਗਾ ਮਰੋੜਿਆ ਹੋਇਆ ਸੈਂਸ ਕੀ ਹੈ ਬਤਿਕ ਵਿਦੇਸ਼ੀ ਮੁਦਰਾਗੀ ਕੌਨਫੀਡੈਂਸ ਕੀ ਹੈ ਕਭੀ ਪ੍ਰੋਸਾ ਠੀਕ ਹਾਂਜੀ ਇਸ ਤੋਂ ਬਾਅਦ ਦੇਖੋ ਅਨਸਰ ਦਾ ਫੋਲੋਇੰਗ ਕੁਐਸਚਨਸ ਦਾ ਇਹ ਤੁਸੀਂ ਬੁੱਕ ਦੇ ਵਿੱਚੋਂ ਦੇਖ ਕੇ ਕਰ ਲਿਓ ਜਿਵੇਂ ਤੁਹਾਡੇ ਦੇ ਪਕਸਵਾਨ ਨੇ ਤੁਹਾਨੂੰ ਸ਼ਾਰਟ ਕਰਾ ਕੇ ਲਿਖਾਈ ਹੋਣੀ ਹੈਗੀ ਜਿਵੇਂ ਸੈਕਿੰਡ ਬਿਲਕੁਲ ਸੌਖਾ ਸੀ ਵਾਟ ਵਾਸ ਦਾ ਓਨਰ ਚਾਰਜਿੰਗ ਫॉर ਦਾ ਹੈਲਥੀ ਪਪੀਜ਼ ਹਾਂਜੀ ਡਾਲਰ 32 50 ਠੀਕ ਜੇ ਮੇਰੇ ਕੋ ਥਰਡ ਵੀ ਈਜ਼ੀ ਹੈ ਵਾਟ ਡਿਡ ਸੀਮਾ ਐਂਡ ਬਵਿਆ ਡਿਸਾਈਡ ਉਹ ਦੋਨੋਂ ਕੀ ਡਿਸਾਈਡ ਕਰਦੇ ਨੇ ਕਾਰ ਨੂੰ ਡਰਾਈਵ ਕਰਨ ਦਾ ਦੇ ਡਿਸਾਈਡ ਟੂ ਟੇਕ ਦਾ ਕਾਰ ਆਫ ਸੀਮਾਜ਼ ਮਦਰ स्टेथली आउट ऑफ द आउट ऑन द रोड टू ड्राइव एक बार चैक कर लो तो तीन नोटबुक के जिम्मे भी तो अध्यापक सबान ने लिखाया है उस तरीके याद कर लिये राइट द मीनिंग ऑफ फ्रेजल बर्फ हाँ जी बेटा लुकडाउन लुकडाउन लुक का मतलब कहता है भी नीमा देखना नीमा देखना मेक वे रस्ता बनाओ रस्ता बनाओ ट्रा, ट्रांसलेट द फॉलोइंग हाँ जी माई फ्रेंड हैल्प्ड मी मेरे दोस्त ने मेरी मदद की ठीक है पास्ट टेंस है बोलते मेरे दोस्त ने मेरी मदद की दोस्त ने मेरी मदद की ठीक है तुम तो कि रहे हो हाँ जी वेयर ਆਰ ਯੂ ਗੋਇੰਗ ਜਾ ਰਹੇ ਹੋ ਹਾਂਜੀ ਬੇਟਾ ਇਸ ਤੋਂ ਬਾਅਦ ਹੈ ਮੇਰੇ ਕੋਲ ਵੀ ਰਾਈਟ ਦਾ ਸਿਨੋਨਿਮ ਆਫ ਦਾ ਫੋਲਿੰਗ ਵਰਡਸ ਲਾਰਜ ਹਾਂਜੀ ਲਾਰਜ ਦਾ ਬਿਗ ਠੀਕ ਹੈ ਹੀ ਯੂਜ਼ ਵੀ ਆ ਸਕਦਾ ਹੈਗਾ ਇਸ ਤੋਂ ਬਾਅਦ ਮੂਮੈਂਟ ਦਾ ਵੀ ਸ਼ਾਰਟ ਟਾਈਮ ਠੀਕ राइट एंटोनियम्स ऑफ द फॉलोइंग वर्ड्स डेड ठीक है एंटोनिमेट विरोधी शब्द डेड ਦਾ ਕੀ ਹੋ ਜਾਏਗਾ ਬੱਚਾ ਅਲਾਈਵ ਕੁਸਚਨ ਦਾ ਦੇਗਾ ਆਂਸਰ ਠੀਕ ਰੀराइट ਇਨ ਪਾਸਟ ਟੈਂਸ ਹਾਂਜੀ ਜੋਤੀ ਇਜ਼ ਈਟਿੰਗ ਔਰੈਂਜਸ ਪਾਸਟ ਦੇ ਵਿੱਚ ਕੀ ਹੋ ਜਾਏਗਾ ਆਪਾਂ ਸੈਕੰਡ ਫਾਰਮ ਲਗਾ ਦਾਂਗੇ ਹੈਨਾ ਅ ਇਸ ਦੀ ਜਗ੍ਹਾ ਤੇ ਆਵਾਜ਼ ਵੀ ਨਹੀਂ ਨਹੀਂ ਆਵਾਜ਼ ਲਗਾ ਦਾਂਗੇ ਸੋਰੀ ठीक है यह प्रेजेंट कंटीन्यूअस टेंस है इनकू पवन पास्ट कंटीन्यूअस चे, चेंज करना गाँव तो अपने को बन जाएगा ज्योति ईदी जगह तो लग जाएगा वाज बाकी सारा सेम रह जाएगा ईटिंग ओरेंजस ठीक हाँ जी बेटा इस इसके बाद न्यूज़पेपर हैंडलाइन एक्सप्लेन करनी पीएम लीब्स फॉर मॉस्को तो आप लिखा ਪ੍ਰਾਈਮ ਮਿਨਿਸਟਰ ਹੈਜ਼ ਲੈਫਟ ਫਾਰ ਮਾਸਕੋ ਪ੍ਰਾਈਮ ਮਿਨਿਸਟਰ ਹੈਜ਼ ਲੈਫਟ ਫਾਰ ਮਾਸਕੋ ਇਸ ਤੋਂ ਬਾਅਦ ਬੇਟਾ ਇੱਕ ਸਟੋਰੀ ਹੈ ਵੀ ਦਾ ਮਨੀ ਲੈਂਡਰ ਐਂਡ ਹਿਸ ਪਰਸ ਜਾਂ ਤੁਸੀਂ ਇੱਕ ਪੈਰਾਗ੍ਰਾਫ ਕਰ ਸਕਦੇ ਹੋ ਐਨ ਐਨ ਐਕਸੀਡੈਂਟ ਐਨ ਐਕਸੀਡੈਂਟ ਇਹ ਤੁਸੀਂ ਆਪਣੀ ਬੁੱਕ ਦੇ ਵਿੱਚ ਕਰ ਲਿਓ ਅਕਤੂਬਰ ਤੇ ਨਵੰਬਰ ਇਹਨਾਂ ਮੰਥ ਹੈ ਬੇਟਾ ਇਹਦਾ ਤੁਹਾਨੂੰ ਸਿਲੇਬਸ ਆਏਗਾ ਵੀ ਇਸ ਟੈਸਟ ਦੇ ਵਿੱਚ ਠੀਕ ਐ ਇਸ ਲਈ ਸਾਰੇ ਜਿਹੜੇ ਵਿਦਿਆਰਥੀ ਆ ਅਕਤੂਬਰ ਤੇ ਨਵੰਬਰ ਦਾ ਜਿਹੜਾ ਸਿਲੇਬਸ ਹੈਗਾ ਉਸ ਨੂੰ ਯਾਦ ਕਰਨਾ ਕਿਉਂਕਿ ਇਹ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਵੀ ਇਹ ਇੱਕ ਸੈਂਪਲ ਪੇਪਰ ਹੈ ਜਿਨਾ ਮੰਨ ਕੇ ਚਲੋ ਵੀ ਤੁਹਾਨੂੰ ਇਹੀ ਆਏਗਾ ਠੀਕ ਐ ਹਾਂ ਇਹਦੇ ਵਰਗਾ ਪੈਟਰਨ ਹੋਏਗਾ ਤੁਹਾਡੇ ਪੇਪਰ ਦਾ ਪਰ ਯਾਦ ਆਪਾਂ ਸਾਰਾ ਸਿਲੇਬਸ ਕਰਨਾ ਪੁੱਤ ਠੀਕ ਐ ਤਾਂ ਸਾਰੇ ਵਿਦਿਆਰਥੀ ਵਧੀਆ ਤਿਆਰੀ ਕਰੋ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੀਏ ਠੀਕ ਐ ਬੇਟਾ ਓਕੇ ਜੀ ਥੈਂਕ ਯੂ